ਜ਼ਿਲ੍ਹੇ ਅਧੀਨ ਪੈਂਦੀ ਤਹਿਸੀਲ ਜਗਰਾਉਂ ਦੇ ਪਿੰਡ ਮੁੱਲਾਪੁਰ ਦੇ ਇਲਾਕੇ 'ਚ ਉਸ ਵੇਲੇ ਸਨਸਨੀ ਫੈਲ ਗਈ ਜਦ ਪਰਮਵੀਰ ਸਿੰਘ ਨਾਮਕ ਇੱਕ ਵਿਅਕਤੀ ਨੇ ਗੁਰਪਿੰਦਰ ਕੌਰ ਨਾਮਕ ਇੱਕ 25 ਸਾਲਾ ਔਰਤ ਨੂੰ ਪਿੰਡ ਮੁੱਲਾਪੁਰ ਦੇ ਬਾਜ਼ਾਰ 'ਚ ਉਸ ਵੇਲੇ ਸ਼ਰੇਆਮ ਗੋਲੀ ਮਾਰ ਦਿੱਤੀ ਜਦ ਉਹ ਬਾਜ਼ਾਰ 'ਚ ਸ਼ਾਪਿੰਗ ਲਈ ਜਾ ਰਹੀ ਸੀ। ਗਨੀਮਤ ਰਹੀ ਕਿ ਗੋਲੀ ਮਹਿਲਾ ਦੇ ਗਲੇ ਨੂੰ ਛੂ ਗਈ। ਆਰੋਪੀ ਗੋਲੀ ਮਾਰਨ ਤੋਂ ਬਾਅਦ ਉੱਥੇ ਨਾਲ ਹੀ ਇੱਕ ਗਲੀ 'ਚ ਬਣੇ ਮਾਰਕੀਟ ਦੇ ਬਾਥਰੂਮ 'ਚ ਜਾ ਕੇ ਛੁਪ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਜਾ ਕੇ ਉਸ ਛੁਪੇ ਹੋਏ ਆਰੋਪੀ ਨੂੰ ਕਿਸੇ ਤਰ੍ਹਾਂ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕਰਨ ਦਾ ਵੀਡੀਓ ਵੀ ਮੌਜੂਦ ਹੈ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਕੜੀ ਘੇਰਾਬੰਦੀ ਕਰ ਆਪਣੀ ਮੁਸਤੈਦੀ ਦਿਖਾਉਂਦਿਆਂ ਉਸ ਨੂੰ ਧਰ ਦਬੋਚਿਆ ਅਤੇ ਥਾਣੇ ਲੈ ਗਈ। ਇਲਾਜ ਕਰ ਰਹੇ ਡਾਕਟਰਾਂ ਦੇ ਮੁਤਾਬਕ ਪੀੜਿਤ ਮਹਿਲਾ ਖਤਰੇ ਤੋਂ ਬਾਹਰ ਹੈ। ਗਲੇ ਦੇ ਨਾ ਲੈਫਟ ਸਾਈਡ ਤੋਂ ਗੋਲੀ ਦੀ ਐਂਟਰੀ ਦਾ ਨਿਸ਼ਾਨ ਤੇ ਇੱਕ ਐਗਜ਼ਿਟ ਦਾ ਵੀ ਨਿਸ਼ਾਨ ਤੇ ਸਿਰ ਦੇ ਉੱਤੇ 6 ਸੈਂਟੀਮੀਟਰ ਦਾ ਇੱਕ ਡੂੰਘਾ ਜ਼ਖਮ ਆ। ਟਾਂਕੇ ਵਗੈਰਾ ਲੱਗ ਗਏ ਇਹਨਾਂ ਦੇ ਤੇ ਲੈਫਟ ਜਿਹੜੀ ਇੰਡੈਕਸ ਫਿੰਗਰ ਆ ਉਹਦਾ ਫ੍ਰੈਕਚਰ ਆ ਜੀ। ਨਹੀਂ, ਸਟੇਬਲ ਆ ਪੇਸ਼ੈਂਟ। ਪੁਲਿਸ ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਰੋਪੀ ਨੇ ਮਹਿਲਾ ਨੂੰ ਗੋਲੀ ਕਿਉਂ ਮਾਰੀ। ਹਾਂਜੀ, ਇਹਦੇ ਜਿਹੜਾ ਹੈਗਾ ਮੁੱਲਾਪੁਰ ਟਾਖਾ ਦੇ ਏਰੀਏ 'ਚ ਇੰਸੀਡੈਂਟ ਹੋਇਆ ਹੈਗਾ। ਜਿਹੜੀ ਲੜਕੀ ਹੈ ਇਹ ਪਿੰਡੋਰੀ ਨਰਸ ਸੀਗੀ ਅਤੇ ਇਹਦਾ ਜਿਹੜਾ ਇਹ ਪਰਮਵੀਰ ਸਿੰਘ ਹੈਗਾ ਇਹ ਅੱਜ ਉੱਥੇ ਇਹ ਆਪਸ 'ਚ ਮਿਲੇ ਸੀਗੇ ਅਤੇ ਉੱਥੇ ਬੈਠੇ ਬੈਠੇ ਹੀ ਇਹਨਾਂ ਦਾ ਕੋਈ ਤਕਰਾਰ ਹੋਇਆ ਅਤੇ ਇਹਦੇ ਕੋਲ ਵੈਪਨ ਸੀਗਾ ਅਤੇ ਇਹ ਜਦੋਂ ਲੜਕੀ ਨਾਲ ਤਕਰਾਰ ਹੋਇਆ ਤਾਂ ਲੜਕੀ ਉੱਠ ਕੇ ਬਾਹਰ ਆਈ ਅਤੇ ਲੜਕੀ ਦੇ ਸ਼ੌਪ 'ਚ ਸੀਗੇ ਇਹ ਅਤੇ ਬਾਹਰ ਉਹਨੇ ਲੜਕੀ ਨੂੰ ਫਾਇਰ ਕੀਤਾ। ਉਹ ਫਾਇਰ ਮਿਸ ਹੋ ਗਿਆ। ਉਸ ਤੋਂ ਬਾਅਦ ਲੜਕੀ ਭੱਜੀ ਭੱਜ ਕੇ ਸ਼ੌਪ 'ਚ ਐਂਟਰ ਕੀਤਾ, ਇਹ ਵੀ ਪਿੱਛੇ ਗਿਆ। ਜਿਵੇਂ ਸ਼ੌਪ 'ਚ ਐਂਟਰ ਕਰਨ ਲੱਗੇ ਨੇ ਦੁਬਾਰਾ ਫਾਇਰ ਕੀਤਾ, ਜਿਹੜਾ ਕਿ ਲੜਕੀ ਦੇ ਲੱਗਿਆ ਹੈਗਾ, ਦੱਸ ਰਿਹਾ ਨੈਕ 'ਤੇ ਲੱਗਿਆ ਅਤੇ ਉਹ ਲੜਕੀ ਹੋਸਪਿਟਲਾਈਜ਼ ਆ। ਅਤੇ ਸਾਡੇ ਉੱਥੇ ਫੋਰਸ ਖੜ੍ਹੀ ਸੀਗੀ, ਟ੍ਰੈਫਿਕ ਦੇ ਵੀ ਖੜ੍ਹੇ ਸੀ, ਉਹਨਾਂ ਨੇ ਬਹੁਤ ਹਿੰਮਤ ਦਿਖਾ ਕੇ ਤਾਂ ਪਿੱਛਾ ਕੀਤਾ ਅਤੇ ਬਾਜ਼ਾਰ ਦੇ ਵਿੱਚ ਦੀ ਹੋ ਕੇ ਉਹ ਪਿੱਛੇ ਲੱਗੇ ਰਹਿੰਦੇ ਹੋਏ ਵਾਸ਼ ਬਾਥਰੂਮ ਚਲਾ ਗਿਆ। ਇਨ ਬਿਟਵੀਨ ਹੀ ਸਾਡੇ ਬਾਜ਼ਾਰ ਦੇ ਨੇੜੇ ਹੋ ਕੇ DSP ਦਾਖਾ ਐਂਡ ਟੀਮ ਸਾਰੀ ਪਹੁੰਚ ਗਈ ਅਤੇ ਉਹ ਜਿਹੜਾ ਬਾਥਰੂਮ 'ਚ ਵੜ ਗਿਆ ਸੀ ਉਹਦੇ ਕੋਲ ਵੈਪਨ ਸੀ, ਬਟ ਬੜੇ ਤਰੀਕੇ ਨਾਲ ਪ੍ਰੋਫੈਸ਼ਨਲੀ ਸਾਡੀ ਪੁਲਿਸ ਨੇ ਹੈਂਡਲ ਕਰਕੇ ਦਰਵਾਜ਼ਾ ਤੋੜ ਕੇ ਉਹਨੂੰ ਬਾਹਰ ਕੱਢ ਕੇ ਫੜ ਲਿਆ। ਸੋ ਹੁਣ ਜਿਹੜਾ ਹੈਗਾ ਅੱਗੇ ਹਲੇ ਤਫਤੀਸ਼ ਜਾਰੀ ਹੈ, ਕਿਉਂਕਿ ਲੜਕੀ ਜਦੋਂ ਸਟੇਟਮੈਂਟ ਦਿਓ ਸਾਰੇ ਫੈਕਟਸ ਕਲੀਅਰ ਹੋਣਗੇ ਅਤੇ ਲੜਕੇ ਦੇ ਵੀ ਹੱਥ 'ਤੇ ਸ਼ੀਸ਼ਾ ਲੱਗਿਆ ਹੋਇਆ ਉਹਨੂੰ ਭੇਜਿਆ ਅਤੇ ਜੋ ਵੀ ਅੱਗੇ ਹਾਲਾਤ ਹੋਣਗੇ ਤੁਹਾਨੂੰ ਦੱਸਿਆ ਜਾਏ। ਸਰ, ਪਤਾ ਨਹੀਂ ਲੱਗਾ ਕਿਉਂ ਮਾਰੀ ਗੋਲੀ ਜਾਂ ਕਿਸ ਤਰ੍ਹਾਂ? ਇਹ ਉਹਨਾਂ ਦਾ ਬਸ ਇਹੀ ਇੰਨਾ ਹੀ ਹਲੇ ਪਤਾ ਲੱਗਿਆ ਕਿ ਆਪਸ 'ਚ ਤਕਰਾਰ ਹੋਇਆ ਡਿਊ ਟੂ ਦੇਅਰ ਡਿਫਰੈਂਸਿਸ। ਹਾਂਜੀ। ਸੋ ਸਰ, ਜਿਹੜਾ ਉਹਦੇ ਕੋਲ ਵੈਪਨ ਸੀ ਉਹ ਲਾਇਸੈਂਸ ਹੀ ਸੀ ਜਾਂ ਕਿਸ ਤਰ੍ਹਾਂ? ਇਹਦੇ ਬਾਰੇ ਹਲੇ ਕਲੀਅਰ ਨਹੀਂ ਹੈਗਾ। ਅਸੀਂ ਜਿਹੜਾ ਅੱਗੇ ਦਰਿਆਫਤ ਕਰਾਂਗੇ ਤਾਂ ਕਲੀਅਰ ਸਾਰਾ ਕਰਾਂਗੇ ਕਿ ਇਹ ਵੈਪਨ ਕਿੱਥੋਂ ਆਇਆ, ਕਿਹਦਾ ਸੀਗਾ, ਇਹ ਦਿਸ ਇਜ਼ ਲਾਇਸੈਂਸੀ ਔਰ ਨਹੀਂ, ਜਲਦੀ ਕਲੀਅਰ ਕਰਨਾ। ਉਧਰ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਆਰੋਪੀ ਨੇ ਉਸ ਨੂੰ ਗੋਲੀ ਕਿਉਂ ਮਾਰੀ। ਸਰ, ਮੈਨੂੰ ਕੁਛ ਵੀ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋ ਰਿਹਾ, ਕੁਛ ਵੀ ਨਹੀਂ ਪਤਾ। ਅਸੀਂ ਕੱਪੜੇ ਲੈਣ ਜਾ ਰਹੇ ਸੀਗੇ ਤੇ ਉੱਥੇ ਸ਼ੌਪ ਦੇ ਜਦੋਂ ਉੱਥੇ ਫਾਇਰਿੰਗ ਹੋਣ ਲੱਗੀ ਤਾਂ ਸ਼ੌਪ ਦੇ ਅੰਦਰ ਵੜ ਕੇ ਮੈਨੂੰ ਖੜਕਾ ਸੁਣ ਕੇ ਘਬਰਾਹਟ ਹੋਣ ਲੱਗੀ ਤਾਂ ਮੈਂ ਨੀਚੇ ਬੈਠ ਗਈ। ਮੈਨੂੰ ਕੁਛ ਵੀ ਨਹੀਂ ਪਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।